भीतर उधरियो दास तपाई दासा पाव देविच सारी उम्र भगती करनी एक है संत बन के भगत बन के कोई बन के भगती करनी एक दासा भाव दे विच ए भगती गुरु नानक दे घर विच है गुरमुखां नूं प्राप्त होंदी पढ़ियो सुन साखी मन जप पिया अजा मल उदरिया कह एक बार पंक्ति बिदर उदरियो दास तपाई बिदर उदरियो दास तपाई रे मल तू पे हर त्याए ਬਿਦਰ ਦੇ ਅੰਦਰ ਦਾਸਾ ਭਾਵ ਸੀ ਕਿ ਉਹ ਦਾਸ ਬਣ ਕੇ ਰਹਿੰਦੇ ਸੀ ਰਾਜ ਭਾਗ 'ਚ ਮੰਤਰੀ ਸੀ ਰਾਜਿਆਂ ਦਾ ਪੁੱਤਰ ਨਹੀਂ ਸੀ ਉਹ ਇੱਕ ਦਾਸੀ ਦਾ ਪੁੱਤਰ ਸੀ ਉਹਨੇ ਆਪਦਾ ਦਾਸਾ ਭਾਵ ਗਰੀਬੀ ਭਾਵ ਰੱਖਿਆ ਧੰਨ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ ਬਾਬਾ ਜੀ ਭੁੱਚੋ ਵਾਲੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਜਿਨ੍ਹਾਂ ਨੇ ਡੇਰਾ ਲਾਇਆ ਬਾਬਾ ਆਨੰਦ ਸਿੰਘ ਜੀ ਮਹਾਰਾਜ ਤੋਂ ਵਰਸ ਆਏ ਹੋਏ ਬੜੇ ਹੀ ਕਰਨੀ ਕਮਾਈ ਵਾਲੇ ਮਹਾਂਪੁਰਖ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਜਿਹੜੇ ਮਹਾਂਪੁਰਖ ਸਾਡੇ ਗੁਰਦੇਵ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੇ ਰੋਮ ਰੋਮ ਵਿੱਚ ਵਸੇ ਹੋਏ ਸੀ ਜਿਨ੍ਹਾਂ ਨੂੰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਹਰ ਵੇਲੇ ਧਿਆਨ 'ਚ ਰੱਖਦੇ ਸੀ ਆਪਣੇ ਨਾਲ ਰੱਖਦੇ ਸੀ ਆਪਣੇ ਗੁਰੂਆਂ ਨੂੰ ਕਿ ਮੇਰੇ ਬਾਬਾ ਜੀ ਮੇਰੇ ਨਾਲ ਨੇ ਸਦਾ ਹੀ ਮੇਰੇ ਨਾਲ ਨੇ ਅਤੇ ਉਹਨਾਂ ਨੇ ਗਰੀਬੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਈ ਐਸੇ ਮਹਾਂਪੁਰਸ਼ ਗੁਰਦੇਵ ਸਾਡੇ ਬਾਬਾ ਕੁੰਦਨ ਸਿੰਘ ਜੀ ਬਾਬਾ ਜੀ ਦੇ ਨਾਲ ਹੀ ਸੇਵਾ ਬੜੇ ਮਹਾਂਪੁਰਖ ਸਨ ਕਰਨ ਵਾਲੇ ਜਿਨ੍ਹਾਂ ਵਿੱਚ ਇੱਕ ਮਹਾਂਪੁਰਸ਼ ਬਾਬਾ ਜੋਗਿੰਦਰ ਸਿੰਘ ਜੀ ਭੋਰੇ ਵਾਲੇ ਜਿਨ੍ਹਾਂ ਨੂੰ ਬਾਬਾ ਈਸ਼ਰ ਸਿੰਘ ਜੀ ਸੰਗਲੀ ਵਾਲਾ ਸਾਧ ਕਹਿੰਦੇ ਸੀ ਉਹਨਾਂ ਨੂੰ ਵੀ ਜਨਮ ਤੋਂ ਲਗਨ ਲੱਗੀ ਉਹਨਾਂ ਦਾ ਨਗਰ ਸੀ ਪਿੰਡ ਐਤੀਆਣਾ ਸਾਧੂ ਬਣਨ ਦੀ ਲਗਨ ਲੱਗੀ ਸਾਧੂਆਂ ਦੇ ਟੋਲੇ ਦੇ ਨਾਲ ਰਲ ਗਏ
ਬਾਬਾ ਜੀ ਸੰਗਲੀ ਵਾਲਾ ਸਾਧ ਕਹਿੰਦੇ ਸੀ ਬਾਬਾ ਈਸ਼ਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨੇ ਨਾਨਕਸਰ ਵਿੱਚ ਉਹਨਾਂ ਨੂੰ ਹੀ ਸਾਧ ਦਾ ਦਰਜਾ ਦਿੱਤਾ ਸੀ ਜਿਹਨੂੰ ਸਾਧ ਕਿਹਾ ਸੀ ਕੋਈ ਸਾਧਾਂ ਦੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਕੀਤੀ ਹੈ ਬੜੇ ਕਮਾਈ ਵਾਲੇ ਸਾਧ ਜਿਹੜੇ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇਤਾ ਬਖਿਆ ਨੇ ਸਾਧ ਦੀ ਬਹੁਤ ਵਡਿਆਈ ਕੀਤੀ ਸਾਧ ਦਾ ਮਤਲਬ ਇਹ ਸਾਧਨਾ ਕਰਨੀ ਸਾਧ ਨੇ ਮਨ ਨੂੰ ਨਹੀਂ ਸਾਧਿਆ ਇਕੱਲੇ ਸਾਧ ਖੁਆਉਣ ਦਾ ਫਿਰ ਕਹਿੰਦੇ ਕੀ ਫਾਇਦਾ ਉਹਨਾਂ ਦਾ ਮਨ ਨੂੰ ਸਾਧਿਆ ਸੀ ਉਹ ਮਹਾਂਪੁਰਸ਼ ਕੱਲ ਵਿਛੋੜਾ ਦੇ ਗਿਆ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਕੋਲ ਉਹਨਾਂ ਨੇ ਸਨ 50 ਤੋਂ ਲੈ ਕੇ 63 ਤੱਕ 13 ਸਾਲ ਸੇਵਾ ਕੀਤੀ ਬਾਬਾ ਸਾਧ ਜੀ ਭੋਰੇ ਵਾਲਿਆਂ ਨੇ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਤਰੇੜ ਤੋਂ ਬਾਅਦ ਭੋਰੇ ਦੀ ਸੇਵਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਨਾਲ ਨਿਭਾਈ ਉਹਨਾਂ ਦੇ ਸਮੇਂ ਦੌਰਾਨ ਹੀ ਬਾਬਾ ਭਜਨ ਸਿੰਘ ਵੱਡਿਆਂ ਨੂੰ ਸੇਵਾ ਮਿਲੀ ਬਾਬਾ ਭਜਨ ਹਰਭਜਨ ਸਿੰਘ ਜੀ ਛੋਟੇ ਸੰਤ ਉਹਨਾਂ ਨੂੰ ਸੇਵਾ ਮਿਲੀ ਨਾਨਕਸਰ ਦੀ ਉਹਨਾਂ ਤੋਂ ਬਾਅਦ ਸੰਤ ਗੁਰਮੇਲ ਸਿੰਘ ਜੀ ਨੂੰ ਸੇਵਾ ਮਿਲੀ ਸੰਤ ਗੁਰਮੇਲ ਸਿੰਘ ਜੀ ਤੋਂ ਬਾਅਦ ਹੁਣ ਮਹਾਂਪੁਰਸ਼ ਸੇਵਾ ਕਰ ਰਹੇ ਨੇ ਮੌਜੂਦਾ ਸਮੇਂ 'ਚ ਬਾਬਾ ਜੀ ਦੇ ਨੇ ਨਾਲ ਥਾਲ ਦੀ ਸੇਵਾ ਲਾਈ ਹੋਈ ਸੀ ਨਾਲ ਉਹਨਾਂ ਦੇ ਸੰਤ ਗੁਰਚਰਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਸਾਰੇ ਸੇਵਾ ਨਿਭਾ ਰਹੇ ਨੇ ਸਾਰੇ ਜਪੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਨਾਨਕਸਰ 'ਚ ਮਹਾਂਪੁਰਸ਼ ਬਹੁਤ ਸੀ ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਪਰ ਜਿਨ੍ਹਾਂ ਦੇ ਹਿੱਸੇ ਵਿੱਚ ਗੁਰੂ ਸਾਹਿਬ ਦੀ ਸੇਵਾ ਆਈ ਕੀਰਤਨ ਦੀਆਂ ਡਿਊਟੀਆਂ ਆਈਆਂ ਉਹ ਸਨ ਬਾਬਾ ਕੁੰਦਨ ਸਿੰਘ ਜੀ ਸਟੇਜ ਦੀ ਸੇਵਾ ਆਈ ਦਾਸ ਨੂੰ ਮਿਲੀ ਭੋਰੇ ਦੀ ਸੇਵਾ ਬਾਬਾ ਕੁੰਦਨ ਸਿੰਘ ਮਹਾਰਾਜ ਕੋਲ ਸੀ ਜਿਹੜੀ ਉਹ ਬਾਬਾ ਜੋਗਿੰਦਰ ਸਾਹਿਬ ਜੀ ਕਰਦੇ ਸਨ ਹੁਣ ਬਾਬਾ ਬਲਵਿੰਦਰ ਸਿੰਘ ਜੀ ਮੋਟੀ ਜੀ ਉਹਨਾਂ ਨੂੰ ਬਾਬਾ ਕੁੰਦਨ ਸਿੰਘ ਮਹਾਰਾਜ ਨੇ ਲਾਇਆ ਸੀ ਭਾਵ ਕਿ ਬਾਬਾ ਜੋਗਿੰਦਰ ਸਾਹਿਬ ਜੀ ਸਨ 50 ਤੋਂ ਲੈ ਕੇ ਨਾਨਕਸਰ ਦੇ ਵਿੱਚ
ਅੱਜ 2000 ਤੋਂ ਉੱਪਰ ਸਨ ਲੰਘ ਗਿਆ, 2020 ਤੋਂ ਵੀ ਉੱਪਰ 70 ਸਾਲ ਦੀ ਸੇਵਾ, ਜਿਨ੍ਹਾਂ ਦੀ ਨਾਨਕ ਸਰ ਦੀ 70 ਸਾਲ ਦੀ ਸੇਵਾ ਹੈ ਅਤੇ ਜਿਨ੍ਹਾਂ ਦੀ ਸੇਵਾ ਦੇ ਵਿੱਚ ਦਾਅ ਕੋਈ ਨਹੀਂ, ਦਾਸਾ ਭਾਵ ਸੀ। ਬਾਬਾ ਜੀ ਨਾਲ ਬੜੀ ਸੇਵਾ ਨਿਭਾਇਆ ਕਰਦੇ ਸੀ,